ਅੱਛਾ ਨੀ ਇਹਨੂੰ ਐ ਲੈ ਲੈਂਦੇ ਆ, ਤਿੱਤਲੀ ਵਰਸਸ ਹੈਲੀਕਾਪਟਰ ਐਂਗਲ ਆ ਰਿਹਾ ਇੱਥੇ ਸਿਲੈਕਸ਼ਨ 'ਚ, ਤੇ ਕਿੱਥੋਂ ਆਇਆ ਹੈਲੀਕਾਪਟਰ ਐਂਗਲ? ਹੈਲੀਕਾਪਟਰ ਤਾਂ ਮੈਂ ਕਿਹਾ ਸੀ, ਕਿਉਂਕਿ ਮੈਂ ਉਦਣ ਵੀ ਕਿਹਾ ਖਹਿਰਾ ਸਾਹਿਬ ਕਹਿੰਦੇ ਤਿੱਤਲੀ, ਮੈਂ ਜਦੋਂ ਤੁਹਾਨੂੰ 2017 ਟਿਕਟ ਲੈ ਕੇ ਦਿੱਤੀ ਸੀ ਤੁਸੀਂ ਨਹੀਂ ਤਿੱਤਲੀ, ਠੀਕ ਹੈ ਦੂਜੇ ਨੂੰ ਕਹਿਣਾ ਬੜਾ ਸੌਖਾ ਹੁੰਦਾ, ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਬਹੁਤਾ ਇਮਾਨਦਾਰ ਨਹੀਂ ਬਣ ਜਾਂਦਾ, ਉਹ ਤਾਂ ਚਲੋ ਫਿਰ ਜੇ ਕੋਈ ਚੱਬੇਵਾਲ ਜੀ ਆਇਆ ਕਾਂਗਰਸ ਛੱਡ ਕੇ ਇੱਧਰ ਆ ਗਏ, ਦੂਜੀ ਉਹਨਾਂ ਦੀ ਪਾਰਟੀ ਹੈ, ਖਹਿਰਾ ਸਾਹਿਬ ਜੰਮੇ ਅਕਾਲੀ ਦਲ 'ਚ, ਫਿਰ ਕਾਂਗਰਸ 'ਚ, ਫਿਰ ਆਮ ਆਦਮੀ ਪਾਰਟੀ 'ਚ, ਫਿਰ ਪੰਜਾਬੀ ਏਕਤਾ ਪਾਰਟੀ ਬਣਾ ਲਈ, ਫਿਰ ਕਾਂਗਰਸ 'ਚ, ਮਤਲਬ ਕਿ ਜਿਹੜਾ ਬੰਦਾ 5 ਪਾਰਟੀਆਂ ਚੇਂਜ ਕਰ ਚੁੱਕਿਆ ਉਹ ਦੂਜੇ ਨੂੰ ਤਿੱਤਲੀਆਂ ਕਹਿ ਰਿਹਾ, ਉਹ ਤਾਂ ਮੈਂ ਹਾਸੇ 'ਚ ਕਹਿੰਦਾ ਸੀ ਉਹ ਆਪਣੇ ਸਾਡੇ ਇੱਥੇ ਉੱਡਦੇ ਹੁੰਦੇ ਆ, ਉਹ ਭੂਣ ਜਿਹੇ ਹੈਲੀਕਾਪਟਰ ਜਿਹਨਾਂ ਨੂੰ ਕਹਿੰਦੇ, ਉਹ ਕਦੇ ਉੱਥੇ ਕਦੇ ਉੱਥੇ ਟਿੱਕੇ ਨਹੀਂ ਬੈਠਦੇ ਹੁੰਦੇ, ਤਿੱਤਲੀ ਤਾਂ ਫਿਰ ਬੈਠ ਜਾਂਦੀ ਹੈ, ਉਹ ਬੈਠਦੇ ਨਹੀਂ ਹੁੰਦੇ, ਮੈਂ ਤਾਂ ਕਹਿੰਦਾ ਮੈਂ ਫਿਰ ਤੁਸੀਂ ਤਾਂ ਹੈਲੀਕਾਪਟਰ ਹੋ ਜੇ ਭਾਈ ਉਹ ਤਿੱਤਲੀ ਨੇ, ਕਿਉਂਕਿ ਇਹ ਤੁਸੀਂ ਦੂਸਰੇ ਤੇ ਚੁੱਕੜ ਸਿੱਟਣ ਤੋਂ ਪਹਿਲਾਂ ਆਪਣੇ ਪੀੜ੍ਹੀ ਹੇਠ ਸੋਟਾ ਫਿਰ ਕੇ ਦੇਖਣਾ ਚਾਹੀਦਾ ਵੀ ਭਾਈ ਮੈਂ ਕੀ ਹਾਂ, ਹੈ ਨਾ, ਤੁਸੀਂ ਜ਼ਮੀਰ ਦੀਆਂ ਗੱਲਾਂ ਕਰਦੇ ਹੋ, ਹੈ ਵੀ ਜ਼ਮੀਰ ਨਹੀਂ ਹੈਗੀ, ਮੈਂ ਕਹਿੰਦਾ ਸਭ ਨੂੰ ਪੁੱਛਣਾ ਚਾਹੁੰਦਾ ਵੀ ਐਕਸ ਲੀਡਰ ਆਫ ਆਪੋਜੀਸ਼ਨ ਹੋਵੇ, ਮੌਜੂਦਾ MLA ਹੋਵੇ, ਹੈ ਨਾ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਤੁਹਾਨੂੰ ਘਰੇ ਆ ਕੇ ਜੁਆਇਨ ਕਰਵਾਇਆ, ਨਾ ਆਪਦੇ ਘਰੇ ਆਉਣ ਦਿੱਤਾ, ਨਾ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਲੇਲੜੀਆਂ ਕੱਢ ਕੇ ਹੈਲੀਪੈਡ ਤੇ ਜਾ ਕੇ ਜੁਆਇਨ ਹੋਏ, ਹੁਣ ਹੈਲੀਪੈਡ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਆਪਦੀ ਬਾਂਹ ਜੇਬ 'ਚ ਮਫਲਰ ਪਾ ਕੇ ਨਹੀਂ ਲੈ ਗਏ ਹੋਇਆ, ਆਪਾਂ ਤਾਂ ਜਾਣਦੇ ਹਾਂ ਵੀ ਮਹਾਰਾਜਾ ਜੀ ਉਹ ਕਿੱਥੋਂ ਇੰਨਾ ਉਹ ਕਰਦੇ ਆ, ਆ ਮਫਲਰ ਵੀ ਕਾਂਗਰਸ ਵਾਲਾ ਆਪਦੀ ਜੇਬ 'ਚ ਪਾ ਕੇ ਲੈ ਕੇ ਗਏ ਹੋਣਗੇ, ਤੇ ਉੱਥੇ ਕਿਹਾ ਵੀ ਇਹ ਕੈਪਟਨ ਸਾਹਿਬ ਪਾ ਦਿਓ, ਹੁਣ ਮੈਂ ਇੱਥੋਂ ਗੱਡੀ ਜਦੋਂ ਤੁਰਨਾ ਹੋਵੇ ਜੇ ਕੋਈ ਪਿੱਛੇ ਭੱਜ ਕੇ ਮੇਰੇ ਆ ਜਾਵੇ ਵੀ ਆ ਮੈਨੂੰ ਜੁਆਇਨ ਕਰਵਾ ਦਿਓ ਜੀ, ਭਾਈ ਕਿੱਡਾ ਗਰਸੂਖ ਹੋਊਗਾ, ਅਸੀਂ ਪਿੰਡ ਦੇ ਵਰਕਰ ਨੂੰ ਕਿਸੇ ਨੂੰ ਜੁਆਇਨ ਕਰਵਾਉਣਾ ਜਾਂ ਉਹਦੇ ਘਰੇ ਜਾਂਦੇ ਹਾਂ ਜਾਂ ਪਿੰਡ ਦੀ ਸੱਥ 'ਚ ਕਰਵਾਉਂਦੇ ਹਾਂ, ਉਦਣ ਜੀ ਵੀਰ ਕਿੱਧਰ ਗਈ ਸੀ, ਉਦਣ ਜਿਹੜੀਆਂ ਖੁਦਮੁਖਤਿਆਰੀ ਵਾਲੀਆਂ ਗੱਲਾਂ ਕਿੱਧਰ ਗਈਆਂ ਸੀ, ਸੋ ਇਕੱਲੀ ਬਿਆਨਬਾਜ਼ੀ ਕਰਨ ਨਾਲ ਕੋਈ ਉੱਚੀ ਬੋਲਣ ਨਾਲ ਕੋਈ ਬੰਦਾ ਸੱਚਾ ਨਹੀਂ ਹੋ ਜਾਂਦਾ, ਜਿਹੜਾ ਬੰਦੇ ਦਾ ਕਿਰਦਾਰ ਹੁੰਦਾ ਉਹਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਪਿਛਲੀਆਂ ਘਟਨਾਵਾਂ ਹੁੰਦੀਆਂ ਜੋ ਵਰਤਿਆ ਹੁੰਦਾ ਉਹਦੇ ਤੋਂ ਪਤਾ ਲੱਗ ਜਾਂਦਾ। ਅੱਛਾ ਨੀ ਇਹਨੂੰ ਐ ਲੈ ਲੈਂਦੇ ਆ ਤਿੱਤਲੀ ਵਰਸਸ ਹੈਲੀਕਾਪਟਰ ਐਂਗਲ ਆ ਰਿਹਾ ਇੱਥੇ ਸਿਲੈਕਸ਼ਨ 'ਚ, ਕਿੱਥੋਂ ਆਇਆ ਹੈਲੀਕਾਪਟਰ ਐਂਗਲ? ਹੈਲੀਕਾਪਟਰ ਤਾਂ ਮੈਂ ਕਿਹਾ ਸੀ, ਕਿਉਂਕਿ ਮੈਂ ਉਦਣ ਵੀ ਕਿਹਾ ਖਹਿਰਾ ਸਾਹਿਬ ਕਹਿੰਦੇ ਤਿੱਤਲੀ, ਮੈਂ ਜਦੋਂ ਤੁਹਾਨੂੰ 2017 ਟਿਕਟ ਲੈ ਕੇ ਦਿੱਤੀ ਸੀ ਤੁਸੀਂ ਨਹੀਂ ਤਿੱਤਲੀ, ਠੀਕ ਹੈ ਦੂਜੇ ਨੂੰ ਕਹਿਣਾ ਬੜਾ ਸੌਖਾ ਹੁੰਦਾ, ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਬਹੁਤਾ ਇਮਾਨਦਾਰ ਨਹੀਂ ਬਣ ਜਾਂਦਾ, ਉਹ ਤਾਂ ਚਲੋ ਫਿਰ ਜੇ ਕੋਈ ਚੱਬੇਵਾਲ ਜੀ ਆਇਆ ਕਾਂਗਰਸ ਛੱਡ ਕੇ ਇੱਧਰ ਆ ਗਏ, ਦੂਜੀ ਉਹਨਾਂ ਦੀ ਪਾਰਟੀ ਹੈ, ਖਹਿਰਾ ਸਾਹਿਬ ਜੰਮੇ ਅਕਾਲੀ ਦਲ 'ਚ, ਫਿਰ ਕਾਂਗਰਸ 'ਚ, ਫਿਰ ਆਮ ਆਦਮੀ ਪਾਰਟੀ 'ਚ, ਫਿਰ ਪੰਜਾਬੀ ਏਕਤਾ ਪਾਰਟੀ ਬਣਾ ਲਈ, ਫਿਰ ਕਾਂਗਰਸ 'ਚ, ਮਤਲਬ ਕਿ ਜਿਹੜਾ ਬੰਦਾ 5 ਪਾਰਟੀਆਂ ਚੇਂਜ ਕਰ ਚੁੱਕਿਆ ਉਹ ਦੂਜੇ ਨੂੰ ਤਿੱਤਲੀਆਂ ਕਹਿ ਰਿਹਾ, ਉਹ ਤਾਂ ਮੈਂ ਹਾਸੇ 'ਚ ਕਹਿੰਦਾ ਸੀ ਉਹ ਆਪਣੇ ਸਾਡੇ ਇੱਥੇ ਉੱਡਦੇ ਹੁੰਦੇ ਆ, ਉਹ ਭੂਣ ਜਿਹੇ ਹੈਲੀਕਾਪਟਰ ਜਿਹਨਾਂ ਨੂੰ ਕਹਿੰਦੇ, ਉਹ ਕਦੇ ਉੱਥੇ ਕਦੇ ਉੱਥੇ ਟਿੱਕੇ ਨਹੀਂ ਬੈਠਦੇ ਹੁੰਦੇ, ਤਿੱਤਲੀ ਤਾਂ ਫਿਰ ਬੈਠ ਜਾਂਦੀ ਹੈ, ਉਹ ਬੈਠਦੇ ਨਹੀਂ ਹੁੰਦੇ, ਮੈਂ ਤਾਂ ਕਹਿੰਦਾ ਮੈਂ ਫਿਰ ਤੁਸੀਂ ਤਾਂ ਹੈਲੀਕਾਪਟਰ ਹੋ ਜੇ ਭਾਈ ਉਹ ਤਿੱਤਲੀ ਨੇ, ਕਿਉਂਕਿ ਇਹ ਤੁਸੀਂ ਦੂਸਰੇ ਤੇ ਚੁੱਕੜ ਸਿੱਟਣ ਤੋਂ ਪਹਿਲਾਂ ਆਪਣੇ ਪੀੜ੍ਹੀ ਹੇਠ ਸੋਟਾ ਫਿਰ ਕੇ ਦੇਖਣਾ ਚਾਹੀਦਾ ਵੀ ਭਾਈ ਮੈਂ ਕੀ ਹਾਂ, ਹੈ ਨਾ, ਤੁਸੀਂ ਜ਼ਮੀਰ ਦੀਆਂ ਗੱਲਾਂ ਕਰਦੇ ਹੋ, ਹੈ ਵੀ ਜ਼ਮੀਰ ਨਹੀਂ ਹੈਗੀ, ਮੈਂ ਕਹਿੰਦਾ ਸਭ ਨੂੰ ਪੁੱਛਣਾ ਚਾਹੁੰਦਾ ਵੀ ਐਕਸ ਲੀਡਰ ਆਫ ਆਪੋਜੀਸ਼ਨ ਹੋਵੇ, ਮੌਜੂਦਾ MLA ਹੋਵੇ, ਹੈ ਨਾ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਤੁਹਾਨੂੰ ਘਰੇ ਆ ਕੇ ਜੁਆਇਨ ਕਰਵਾਇਆ, ਨਾ ਆਪਦੇ ਘਰੇ ਆਉਣ ਦਿੱਤਾ, ਨਾ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਲੇਲੜੀਆਂ ਕੱਢ ਕੇ ਹੈਲੀਪੈਡ ਤੇ ਜਾ ਕੇ ਜੁਆਇਨ ਹੋਏ, ਹੁਣ ਹੈਲੀਪੈਡ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਆਪਦੀ ਬਾਂਹ ਜੇਬ 'ਚ ਮਫਲਰ ਪਾ ਕੇ ਨਹੀਂ ਲੈ ਗਏ ਹੋਇਆ, ਆਪਾਂ ਤਾਂ ਜਾਣਦੇ ਹਾਂ ਵੀ ਮਹਾਰਾਜਾ ਜੀ ਉਹ ਕਿੱਥੋਂ ਇੰਨਾ ਉਹ ਕਰਦੇ ਆ, ਆ ਮਫਲਰ ਵੀ ਕਾਂਗਰਸ ਵਾਲਾ ਆਪਦੀ ਜੇਬ 'ਚ ਪਾ ਕੇ ਲੈ ਕੇ ਗਏ ਹੋਣਗੇ, ਤੇ ਉੱਥੇ ਕਿਹਾ ਵੀ ਇਹ ਕੈਪਟਨ ਸਾਹਿਬ ਪਾ ਦਿਓ, ਹੁਣ ਮੈਂ ਇੱਥੋਂ ਗੱਡੀ ਜਦੋਂ ਤੁਰਨਾ ਹੋਵੇ ਜੇ ਕੋਈ ਪਿੱਛੇ ਭੱਜ ਕੇ ਮੇਰੇ ਆ ਜਾਵੇ ਵੀ ਆ ਮੈਨੂੰ ਜੁਆਇਨ ਕਰਵਾ ਦਿਓ ਜੀ, ਭਾਈ ਕਿੱਡਾ ਗਰਸੂਖ ਹੋਊਗਾ, ਅਸੀਂ ਪਿੰਡ ਦੇ ਵਰਕਰ ਨੂੰ ਕਿਸੇ ਨੂੰ ਜੁਆਇਨ ਕਰਵਾਉਣਾ ਜਾਂ ਉਹਦੇ ਘਰੇ ਜਾਂਦੇ ਹਾਂ ਜਾਂ ਪਿੰਡ ਦੀ ਸੱਥ 'ਚ ਕਰਵਾਉਂਦੇ ਹਾਂ,
ਉਦਣ ਜੀ ਵੀਰ ਕਿੱਧਰ ਗਈ ਸੀ, ਉਦਣ ਜਿਹੜੀਆਂ ਖੁਦਮੁਖਤਿਆਰੀ ਵਾਲੀਆਂ ਗੱਲਾਂ ਕਿੱਧਰ ਗਈਆਂ ਸੀ। ਸੋ ਇਕੱਲੀ ਬਿਆਨਬਾਜ਼ੀ ਕਰਨ ਨਾਲ, ਕੋਈ ਉੱਚੀ ਬੋਲਣ ਨਾਲ ਕੋਈ ਬੰਦਾ ਸੱਚਾ ਨਹੀਂ ਹੋ ਜਾਂਦਾ। ਜਿਹੜਾ ਬੰਦੇ ਦਾ ਕਿਰਦਾਰ ਹੁੰਦਾ, ਉਹਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਪਿਛਲੀਆਂ ਘਟਨਾਵਾਂ ਹੁੰਦੀਆਂ, ਜੋ ਵਰਤਿਆ ਹੁੰਦਾ, ਉਹਦੇ ਤੋਂ ਪਤਾ ਲੱਗਦਾ।